ਡੇਢ ਮਹੀਨੇ ਦੀ ਅੱਧ ਦੀ ਗਰਮੀ ਤੋਂ ਬਾਅਦ ਸੋਮਵਾਰ ਤੋਂ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਨੇ। ਮੌਨਸੂਨ ਪਿਛਲੇ ਦਿਨ ਹਫ਼ਤਿਆਂ ਤੋਂ ਜੋ ਹੈ ਸਿੱਕਮ ਦੇ ਆਸ ਪਾਸ ਘੁੰਮ ਰਿਹਾ, ਜਿੱਥੇ ਇੱਕ ਪਾਸੇ ਬਿਹਾਰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਉੱਤਰੀ ਹਿੱਸੇ ਵੱਲ ਵੱਧ ਰਿਹਾ, ਉੱਥੇ ਚੰਡੀਗੜ੍ਹ 'ਚ ਹਿਊਮਸ ਵਧਣ ਨਾਲ ਚੰਡੀਗੜ੍ਹ ਹਵਾਈ ਅੱਡੇ, ਪੰਚਕੂਲਾ, ਡੇਰਾ ਬੱਸੀ, ਕਾਲਕਾ, ਕਸੌਲੀ ਅਤੇ ਆਸ ਪਾਸ ਦੇ ਕਈ ਇਲਾਕਿਆਂ 'ਚ ਸੋਮਵਾਰ ਨੂੰ ਮੀਂਹ ਪਿਆ। ਹਵਾ 'ਚ ਵੱਧ ਰਹੀ ਹਿਊਮਸ ਦੇ ਮੌਨਸੂਨ ਦੀ ਵੱਧਦੀ ਰਫ਼ਤਾਰ ਕਾਰਨ ਸ਼ਹਿਰ 'ਚ 28 ਜੂਨ ਦੇ ਆਸ ਪਾਸ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਸਵੇਰ ਤੋਂ ਹੀ ਭਾਰੀ ਨਮੀ ਅਤੇ ਹਲਕੇ ਬੱਦਲਾਂ ਕਾਰਨ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਤੋਂ ਉੱਪਰ ਨਹੀਂ ਜਾ ਸਕਿਆ, ਪਰ ਹਵਾ 'ਚ ਹਿਊਮਸ 42 ਤੋਂ 60% ਤੱਕ ਬਣੀ ਰਹੀ, ਜਿਸ ਕਰਕੇ ਲੋਕਾਂ ਨੂੰ ਦਿਨ ਭਰ ਪਸੀਨੇ ਵਹਾਉਣੇ ਪਏ। ਐਤਵਾਰ ਰਾਤ ਨੂੰ ਵੀ ਘੱਟੋ ਘੱਟ ਤਾਪਮਾਨ 30.6 ਡਿਗਰੀ ਦੇ ਆਸ ਪਾਸ ਰਿਹਾ। ਜੇ ਮੌਨਸੂਨ ਦੇ ਆਉਣ ਤੋਂ ਪਹਿਲਾਂ ਹਵਾ 'ਚ ਹਿਊਮਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਸਥਾਨਕ ਬੱਦਲ ਬਣ ਜਾਂਦੇ ਨੇ ਅਤੇ ਮੀਂਹ ਪੈਂਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸ਼ੁੱਕਰਵਾਰ ਤੋਂ ਸ਼ਹਿਰ 'ਚ ਲਗਾਤਾਰ ਮੀਂਹ ਸ਼ੁਰੂ ਹੋ ਜਾਵੇਗਾ। ਮੌਨਸੂਨ ਨੇ ਵੀ ਰਫ਼ਤਾਰ ਫੜ ਲਈ ਹੈ ਅਤੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਸਰਗਰਮ ਹੋ ਗਿਆ ਹੈ। ਇਸ ਹਿੱਸੇ ਤੋਂ ਮੌਨਸੂਨ ਉੱਤਰੀ ਭਾਰਤ 'ਚ ਮੌਨਸੂਨ ਪਹੁੰਚਦਾ ਹੈ। ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਹਾਲਾਤ ਨੇ ਅਤੇ ਇਸ ਮਹੀਨੇ ਦੇ ਅੰਤ ਤੱਕ ਮੌਨਸੂਨ ਸਮੇਂ ਸਿਰ ਚੰਡੀਗੜ੍ਹ 'ਚ ਮੀਂਹ ਪਾਉਣਾ ਸ਼ੁਰੂ ਕਰ ਦੇਵੇਗਾ। ਡੇਢ ਮਹੀਨੇ ਦੀ ਅੱਧ ਦੀ ਗਰਮੀ ਤੋਂ ਬਾਅਦ ਸੋਮਵਾਰ ਤੋਂ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਨੇ। ਮੌਨਸੂਨ ਪਿਛਲੇ ਦਿਨ ਹਫ਼ਤਿਆਂ ਤੋਂ ਜੋ ਹੈ ਸਿੱਕਮ ਦੇ ਆਸ ਪਾਸ ਘੁੰਮ ਰਿਹਾ ਹੈ, ਜਿੱਥੇ ਇੱਕ ਪਾਸੇ ਬਿਹਾਰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਉੱਤਰੀ ਹਿੱਸੇ ਵੱਲ ਵੱਧ ਰਿਹਾ ਹੈ, ਉੱਥੇ ਚੰਡੀਗੜ੍ਹ 'ਚ ਹਿਊਮਸ ਵਧਣ ਨਾਲ ਚੰਡੀਗੜ੍ਹ ਹਵਾਈ ਅੱਡੇ, ਪੰਚਕੂਲਾ, ਡੇਰਾ ਬੱਸੀ, ਕਾਲਕਾ, ਕਸੌਲੀ ਅਤੇ ਆਸ ਪਾਸ ਦੇ ਕਈ ਇਲਾਕਿਆਂ 'ਚ ਸੋਮਵਾਰ ਨੂੰ ਮੀਂਹ ਪਿਆ। ਹਵਾ 'ਚ ਵੱਧ ਰਹੀ ਹਿਊਮਸ ਦੇ ਮੌਨਸੂਨ ਦੀ ਵੱਧਦੀ ਰਫ਼ਤਾਰ ਕਾਰਨ ਸ਼ਹਿਰ 'ਚ 28 ਜੂਨ ਦੇ ਆਸ ਪਾਸ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਸਵੇਰ ਤੋਂ ਹੀ ਭਾਰੀ ਨਮੀ ਅਤੇ ਹਲਕੇ ਬੱਦਲਾਂ ਕਾਰਨ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਤੋਂ ਉੱਪਰ ਨਹੀਂ ਜਾ ਸਕਿਆ, ਪਰ ਹਵਾ 'ਚ ਹਿਊਮਸ 42 ਤੋਂ 60% ਤੱਕ ਬਣੀ ਰਹੀ, ਜਿਸ ਕਰਕੇ ਲੋਕਾਂ ਨੂੰ ਦਿਨ ਭਰ ਪਸੀਨੇ ਵਹਾਉਣੇ ਪਏ। ਐਤਵਾਰ ਰਾਤ ਨੂੰ ਵੀ ਘੱਟੋ ਘੱਟ ਤਾਪਮਾਨ 30.6 ਡਿਗਰੀ ਦੇ ਆਸ ਪਾਸ ਰਿਹਾ। ਜੇ ਮੌਨਸੂਨ ਦੇ ਆਉਣ ਤੋਂ ਪਹਿਲਾਂ ਹਵਾ 'ਚ ਹਿਊਮਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਸਥਾਨਕ ਬੱਦਲ ਬਣ ਜਾਂਦੇ ਨੇ ਅਤੇ ਮੀਂਹ ਪੈਂਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸ਼ੁੱਕਰਵਾਰ ਤੋਂ ਸ਼ਹਿਰ 'ਚ ਲਗਾਤਾਰ ਮੀਂਹ ਸ਼ੁਰੂ ਹੋ ਜਾਵੇਗਾ। ਮੌਨਸੂਨ ਨੇ ਵੀ ਰਫ਼ਤਾਰ ਫੜ ਲਈ ਹੈ ਅਤੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਸਰਗਰਮ ਹੋ ਗਿਆ ਹੈ। ਇਸ ਹਿੱਸੇ ਤੋਂ ਮੌਨਸੂਨ ਉੱਤਰੀ ਭਾਰਤ 'ਚ ਮੌਨਸੂਨ ਪਹੁੰਚਦਾ ਹੈ। ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਹਾਲਾਤ ਨੇ ਅਤੇ ਇਸ ਮਹੀਨੇ ਦੇ ਅੰਤ ਤੱਕ ਮੌਨਸੂਨ ਸਮੇਂ ਸਿਰ ਚੰਡੀਗੜ੍ਹ 'ਚ ਮੀਂਹ ਪਾਉਣਾ ਸ਼ੁਰੂ ਕਰ ਦੇਵੇਗਾ। ਡੇਢ ਮਹੀਨੇ ਦੀ ਅੱਧ ਦੀ ਗਰਮੀ ਤੋਂ ਬਾਅਦ ਸੋਮਵਾਰ ਤੋਂ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਨੇ। ਮੌਨਸੂਨ ਪਿਛਲੇ ਦਿਨ ਹਫ਼ਤਿਆਂ ਤੋਂ ਜੋ ਹੈ ਸਿੱਕਮ ਦੇ ਆਸ ਪਾਸ ਘੁੰਮ ਰਿਹਾ ਹੈ, ਜਿੱਥੇ ਇੱਕ ਪਾਸੇ ਬਿਹਾਰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਉੱਤਰੀ ਹਿੱਸੇ ਵੱਲ ਵੱਧ ਰਿਹਾ ਹੈ, ਉੱਥੇ ਚੰਡੀਗੜ੍ਹ 'ਚ ਹਿਊਮਸ ਵਧਣ ਨਾਲ ਚੰਡੀਗੜ੍ਹ ਹਵਾਈ ਅੱਡੇ, ਪੰਚਕੂਲਾ, ਡੇਰਾ ਬੱਸੀ, ਕਾਲਕਾ, ਕਸੌਲੀ ਅਤੇ ਆਸ ਪਾਸ ਦੇ ਕਈ ਇਲਾਕਿਆਂ 'ਚ ਸੋਮਵਾਰ ਨੂੰ ਮੀਂਹ ਪਿਆ। ਹਵਾ 'ਚ ਵੱਧ ਰਹੀ ਹਿਊਮਸ ਦੇ ਮੌਨਸੂਨ ਦੀ ਵੱਧਦੀ ਰਫ਼ਤਾਰ ਕਾਰਨ ਸ਼ਹਿਰ 'ਚ 28 ਜੂਨ ਦੇ ਆਸ ਪਾਸ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਸਵੇਰ ਤੋਂ ਹੀ ਭਾਰੀ ਨਮੀ ਅਤੇ ਹਲਕੇ ਬੱਦਲਾਂ ਕਾਰਨ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਤੋਂ ਉੱਪਰ ਨਹੀਂ ਜਾ ਸਕਿਆ, ਪਰ ਹਵਾ 'ਚ ਹਿਊਮਸ 42 ਤੋਂ 60% ਤੱਕ ਬਣੀ ਰਹੀ, ਜਿਸ ਕਰਕੇ ਲੋਕਾਂ ਨੂੰ ਦਿਨ ਭਰ ਪਸੀਨੇ ਵਹਾਉਣੇ ਪਏ। ਐਤਵਾਰ ਰਾਤ ਨੂੰ ਵੀ ਘੱਟੋ ਘੱਟ ਤਾਪਮਾਨ 30.6 ਡਿਗਰੀ ਦੇ ਆਸ ਪਾਸ ਰਿਹਾ। ਜੇ ਮੌਨਸੂਨ ਦੇ ਆਉਣ ਤੋਂ ਪਹਿਲਾਂ ਹਵਾ 'ਚ ਹਿਊਮਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਸਥਾਨਕ ਬੱਦਲ ਬਣ ਜਾਂਦੇ ਨੇ ਅਤੇ ਮੀਂਹ ਪੈਂਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸ਼ੁੱਕਰਵਾਰ ਤੋਂ ਸ਼ਹਿਰ 'ਚ ਲਗਾਤਾਰ ਮੀਂਹ ਸ਼ੁਰੂ ਹੋ ਜਾਵੇਗਾ। ਮੌਨਸੂਨ ਨੇ ਵੀ ਰਫ਼ਤਾਰ ਫੜ ਲਈ ਹੈ ਅਤੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਸਰਗਰਮ ਹੋ ਗਿਆ ਹੈ। ਇਸ ਹਿੱਸੇ ਤੋਂ ਮੌਨਸੂਨ ਉੱਤਰੀ ਭਾਰਤ 'ਚ ਮੌਨਸੂਨ ਪਹੁੰਚਦਾ ਹੈ। ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਹਾਲਾਤ ਨੇ ਅਤੇ ਇਸ ਮਹੀਨੇ ਦੇ ਅੰਤ ਤੱਕ ਮੌਨਸੂਨ ਸਮੇਂ ਸਿਰ ਚੰਡੀਗੜ੍ਹ 'ਚ ਮੀਂਹ ਪਾਉਣਾ ਸ਼ੁਰੂ ਕਰ ਦੇਵੇਗਾ।